ਜ਼ਿੰਦਗੀ ਝਲਕਦੀ ਹੈ ਉਹਦੇ ਫਿਕਰਾਂ ਦੇ ਵਿੱਚ ਤੁਹਾਡੇ ਦੁੱਖ ਤੁਹਾਡੇ ਸੁੱਖ ਝਲਕਦੇ ਨੇ। ਉਹ ਤੁਹਾਡੀ ਖੈਰ ਮੰਗਦਾ, ਉਹ ਪੰਜਾਬ ਦੀ ਖੈਰ ਮੰਗਦਾ, ਪਰ ਉਹ ਕਿਸੇ ਦੀ ਟੈ ਨਹੀਂ ਮੰਨਦਾ। ਟੈ ਨਾ ਮੰਨਣ ਪੰਜਾਬੀ, ਟੈ ਮੰਨਣੀ ਵੀ ਨਹੀਂ ਚਾਹੀਦੀ, ਕਿਉਂਕਿ ਹੋਕਾ ਲਾਉਣ ਦੇ ਮੈਨੂੰ, ਦੀਵਾ ਜਗਾਉਣ ਦੇ ਮੈਨੂੰ, ਹੋਕਾ ਲਾਉਣ ਦੇ ਮੈਨੂੰ, ਦੀਵਾ ਜਗਾਉਣ ਦੇ ਮੈਨੂੰ, ਖੋਰੇ ਕੋਈ ਉੱਠ ਹੀ ਜਾਵੇ ਤੂੰ ਰੌਲਾ ਪਾਉਣ ਦੇ ਮੈਨੂੰ। ਸੋ ਰੌਲਾ ਪਾਉਣਾ ਚਾਹੀਦਾ, ਆਵਾਜ਼ ਉਠਾਉਣੀ ਚਾਹੀਦੀ ਹੈ, ਨਹੀਂ ਤਾਂ ਪੰਜਾਬੀ ਅਸੀਂ ਰੌਲੇ ਰੱਪਿਆ ਜੀ ਕੱਢਦਾ ਲਿਆ ਸਾਰਾ ਕੁਛ, ਬਸ ਆਪਣੇ ਆਪ ਨੂੰ ਆਪਣੇ ਆਸੇ ਪਾਸੇ ਨੂੰ ਪਿਆਰ ਕਰਦੇ ਰਹੀਏ, ਆਪਣੇ ਫਿਕਰਾਂ ਨੂੰ ਆਪਣੀ ਕਲਾ ਦੇ ਨਾਲ ਅੱਗੇ ਲੈ ਕੇ ਜਾਂਦੇ ਰਹੀਏ, ਲੋਕਾਂ ਦੇ ਫਿਕਰਾਂ ਨੂੰ ਅੱਗੇ ਲੈ ਕੇ ਆਉਂਦੇ ਰਹੀਏ, ਤੁਹਾਨੂੰ ਹਸਾਉਂਦੇ ਰਹੀਏ, ਤੁਹਾਨੂੰ ਨਚਾਉਂਦੇ ਰਹੀਏ, ਤੁਹਾਨੂੰ ਟਪਾਉਂਦੇ ਰਹੀਏ, ਤੁਹਾਨੂੰ ਸੋਹਣੀਆਂ ਸੋਹਣੀਆਂ ਫਿਲਮਾਂ ਦਿਖਾਉਂਦੇ ਰਹੀਏ। ਬੱਬੂ ਮਾਨ ਤੇ ਸਾਡੀ ਫਿਲਮ ਆ ਰਹੀ ਹੈ ਇਕੱਠਿਆਂ ਦੀ, ਬਣਜਾਰਾ ਟਰੱਕ ਡਰਾਈਵਰ ਵਿੱਚ ਕੈਨੇਡਾ ਦੇ, ਇਹਨਾਂ 'ਚ ਹਾਲੇ ਕੋਈ ਨਾਮ ਫਾਈਨਲ ਨਹੀਂ ਹੋਇਆ, ਫਿਲਮ ਜ਼ਰੂਰ ਆ ਰਹੀ ਹੈ ਸਾਡੀ। ਟਾਈਟਲ ਬੱਬੂ ਮਾਨ ਹੋਰਾਂ ਨੇ ਤੁਹਾਨੂੰ ਦੱਸਣਾ ਹੈ ਕਿ ਫਿਲਮ ਦਾ ਨਾਂ ਕੀ ਹੋਊਗਾ। ਬਹੁਤ ਜਲਦੀ ਫਿਲਮ ਆਉਣੀ ਹੈ, ਪਰ ਫਿਲਮ ਕੈਨੇਡਾ ਦੇ ਵਿੱਚ ਸ਼ੂਟ ਹੋਈ ਹੈ 60%। ਟਰੱਕ ਡਰਾਈਵਰ ਦਾ ਜ਼ਰੂਰ ਰੋਲ ਕੀਤਾ, ਉਹ ਟਰੱਕ ਬਾਹਰ ਹੀ ਖੜਾ ਸੀ, ਹੁਣੀ ਫੋਟੋਆਂ ਖਿਚਾ ਕੇ ਆਏ ਹਾਂ ਉਹਦੇ ਉੱਤੇ। ਇੱਕ ਜਿਵੇਂ ਪੰਜਾਬੀ ਆਰਟਿਸਟ ਕਹਿੰਦੇ ਹੁੰਦੇ ਨੇ, ਮੇਰਾ ਉਮੀਦ ਤਾਂ ਨਹੀਂ ਮੈਂ ਕਹੂੰਗਾ ਵੀ ਦਾਸ ਨੇ, ਮੈਂ ਰਾਣਾ ਰਣਵੀਰ ਨੇ, ਕਿਉਂਕਿ ਮੈਂ ਪਹਿਲਾਂ ਹੀ ਨਹੀਂ ਜਿੰਦਾ ਜੇ ਦਾਸ ਕਹਿਣ ਲੱਗਿਆ ਇਹਨੂੰ ਥੱਲੇ ਹੋ ਗਿਆ, ਫਿਰ ਜਮਾਂ ਹੀ ਖਤਮ ਹੋ ਜਾਣਾ ਕੰਮ। ਸੋ ਮੈਂ ਵੀ ਇੱਕ ਫਿਲਮ ਡਾਇਰੈਕਟ ਕੀਤੀ ਹੈ, ਲਿਖ ਕੇ ਵੀ ਆਪ ਕੀਤੀ ਹੈ, ਅਸੀਸ 22 ਜੂਨ ਨੂੰ ਰਿਲੀਜ਼ ਹੋਣੀ ਹੈ। ਮਾਂ ਪੁੱਤ ਦੀ ਪਰਿਵਾਰ ਦੀ ਕਹਾਣੀ ਹੈ, ਜੇ ਆਪਣੀਆਂ ਮਾਵਾਂ ਨੂੰ ਪਿਆਰ ਕਰਦੇ ਹੋ, ਜੇ ਚਾਹੁੰਦੇ ਹੋ ਪਰਿਵਾਰ ਜੁੜੇ ਰਹਿਣ, ਤਾਂ ਅਸੀਸ ਫਿਲਮ ਦੇਖ ਕੇ ਆਇਓ, ਤੁਹਾਨੂੰ ਚੰਗੀ ਲੱਗੂਗੀ, ਸ਼ਾਬਾਸ਼ ਦਿਓਗੇ। ਭਾਜੀ ਮੈਂ 2 ਨੰਬਰ ਨਹੀਂ ਜਾਣਾ ਹਲੇ। ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਸੋ ਅਸੀਸ ਫਿਲਮ 22 ਜੂਨ ਨੂੰ ਰਿਲੀਜ਼ ਹੋਏਗੀ, ਜ਼ਰੂਰ ਦੇਖ ਕੇ ਆਇਓ, ਤੁਹਾਨੂੰ ਚੰਗੀ ਲੱਗੂਗੀ ਫਿਲਮ ਦੇਖ ਕੇ ਆ ਕੇ। ਤੁਸੀਂ ਆਪਣੀਆਂ ਮਾਵਾਂ ਨੂੰ ਘੁੱਟ ਕੇ ਜੱਫੀ ਪਾਓਗੇ ਔਰ ਪਿਆਰ ਨਾਲ ਬੁਲਾਓਗੇ, ਤੇ ਇਹੀ ਕਹੋਗੇ ਕਿ ਅਸੀਂ ਬੱਬੂ ਮਾਨ ਨੂੰ ਵੀ ਪਿਆਰ ਕਰਦੇ ਹਾਂ, ਪੰਜਾਬੀ ਨੂੰ ਵੀ ਪਿਆਰ ਕਰਦੇ ਹਾਂ, ਪੰਜਾਬੀ ਜ਼ਬਾਨ ਨੂੰ ਵੀ ਪਿਆਰ ਕਰਦੇ ਹਾਂ, ਕਿਉਂਕਿ ਪੰਜਾਬੀ ਜ਼ਬਾਨ ਸਾਡੀ ਉਹ ਮਾਖਿਓਂ ਮਿੱਠੀ ਜ਼ਬਾਨ, ਹਰੇਕ ਹੀ ਜ਼ਬਾਨ ਮਿੱਠੀ ਹੁੰਦੀ ਹੈ, ਪਰ ਜਿਸ ਬਾਣੀ ਦੇ ਵਿੱਚ ਬਾਬਾ ਫਰੀਦ ਲੈ ਕੇ, ਉਹ ਬਾਣੀ, ਉਹ ਸ਼ਬਦ, ਉਹ ਬੋਲੀ ਬਿਲਕੁਲ ਮਿੱਠੀ ਹੈ। ਆਪਣੀ ਬੋਲੀ ਨੂੰ ਅੰਡਰ ਐਸਟੀਮੇਟ ਨਾ ਕਰਿਆ ਕਰੋ, ਆਪਣੀ ਬੋਲੀ ਨੂੰ ਸ਼ਿੰਗਾਰ ਕੇ ਰੱਖਿਆ ਕਰੋ। ਸੁਖ ਧਾਲੀਵਾਲ ਜੀ ਸਾਡੇ ਨਾਲ ਇੱਥੇ MP ਸਾਹਿਬ ਆਏ ਨੇ, ਉਹਨਾਂ ਨੂੰ ਜੀਓ ਆਇਆਂ ਆਖਦੇ ਹਾਂ। ਜਗਰੂਪ ਬਰਾੜ ਜੀ ਆਏ ਨੇ, ਡਾਕਟਰ ਗੁਲਜ਼ਾਰ ਚੀਮਾ ਜੀ ਆਏ ਨੇ, ਉਹਨਾਂ ਨੂੰ ਅਸੀਂ ਇੱਥੇ ਆਇਆਂ ਨੂੰ ਜੀ ਆਇਆਂ ਆਖਦੇ ਹਾਂ। ਅਤੇ ਜਿੰਨੇ ਵੀ ਸਾਡੇ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਔਰ ਵੈਨਕੂਵਰ ਦੇ ਔਰ ਸਰੀ ਦੇ ਮੀਡੀਆ ਦੇ ਜਿੰਨੇ ਸਾਡੇ ਦੋਸਤ ਮਿੱਤਰ ਆਏ ਨੇ, ਇਲੈਕਟ੍ਰੋਨਿਕ ਮੀਡੀਆ ਤੋਂ, ਪ੍ਰਿੰਟ ਮੀਡੀਆ ਤੋਂ, ਸਾਰਿਆਂ ਨੂੰ ਅਸੀਂ ਜੀ ਆਏ ਹਾਂ ਆਖਦੇ ਹਾਂ ਇੱਥੇ। ਸੱਜਣ ਮਿੱਤਰਾਂ ਦਾ ਥੈਂਕ ਯੂ। ਅਤੇ ਬਲਜਿੰਦਰ ਸੰਘਾ, ਜੀਵਨ ਸਿੱਧੂ, ਜੱਸੀ ਟਿਵਾਣਾ ਔਰ ਮਨਜੀਤ ਮਾਂਗਟ, ਇਹਨਾਂ ਦੋਸਤਾਂ ਦੀ, ਧਰਮਿੰਦਰ ਮਾਵੀ ਦੀ ਮਿਹਨਤ ਦੇ ਨਾਲ ਅੱਜ ਦਾ ਇਹ ਸ਼ਿੰਗਾਰਿਆ ਗਿਆ ਸ਼ੋਅ ਤੁਹਾਡੇ ਰੂਬਰੂ ਕਰਦੇ ਹਾਂ, ਕਿਉਂਕਿ ਬਹੁਤ ਵਧੀਆ ਗਾਉਂਦਾ ਹੈ ਬੱਬੂ ਮਾਨ, ਬਹੁਤ ਵਧੀਆ ਸੁਣਾਉਂਦਾ ਹੈ ਬੱਬੂ ਮਾਨ। ਆਪਣਾ ਹਾਲ ਦੱਸਣ ਦੀ ਵੇਲ ਨਹੀਂ, ਹਾਲ ਤੁਹਾਡੇ ਦਿਲਾਂ ਦਾ ਸੁਣਾਉਂਦਾ ਹੈ ਬੱਬੂ ਮਾਨ। ਵੈਸੇ ਤਾਂ ਮੇਰੇ ਨਾਲੋਂ 1.5 ਫੁੱਟ ਉੱਚਾ ਹੈ, ਪਰ ਇੱਕ ਗੱਠ ਹੋਰ ਉੱਚਾ ਹੋ ਜਾਂਦਾ ਜਦੋਂ ਹੇ ਕੁੱਚੀ ਲਾਉਂਦਾ ਹੈ ਬੱਬੂ ਮਾਨ। ਰਾਣਾ ਸਟੇਜ ਤੇ ਬੁਲਾਉਂਦਾ ਹੈ ਬੱਬੂ ਮਾਨ, ਜ਼ੋਰਦਾਰ ਤਾੜੀਆਂ ਦੇ ਵਿੱਚ ਤੁਹਾਡਾ ਆਪਣਾ ਪਿਆਰਾ ਸ਼ਿੰਗਾਰਾ ਦੁਲਾਰਿਆ ਹੋਇਆ ਬੱਬੂ ਮਾਨ।
ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਤੇ ਖਾਸੇ ਖਾਸ ਨੇ, ਜਿਨ੍ਹਾਂ ਕੋਲ ਨੇ ਕੋਠੀਆਂ ਕਾਰਾਂ, ਉਹਨਾਂ ਕੀ ਰੱਬ ਦੇ ਮਾਂ ਮਾਰੇ, ਜੋ ਨੰਗੇ ਪੈਰ ਵਿਲਕਦੀਆਂ ਨਾਰਾਂ, ਮੈਂਡੇ ਹੱਥ ਗੋਹੇ ਵਿੱਚ ਲਿਬੜੇ, ਵੇ ਮੈਂਡੇ ਹੱਥ ਗੋਹੇ ਵਿੱਚ ਲਿਬੜੇ, ਜ਼ੁਲਫਾਂ ਨੂੰ ਕੀ ਸਵਾਰਾਂ, ਮਾਨਾ ਬੇਮਾਨਾ ਕਦ ਹੋ ਕਿਰਪਾ, ਕਦ ਪੈਣੀਆਂ ਫੋਨ ਦੀਆਂ ਤਾਰਾਂ, ਰੂਹਾਂ ਦੇ ਮਿਲਾਪ ਦਾ ਰਾਗ ਛੇੜਿਆ, ਰੂਹਾਂ ਦੇ ਮਿਲਾਪ ਦਾ ਵਰਾਗ ਛੇੜਿਆ, ਇਸ਼ਕ ਮਜਾ ਜੀ ਨਾ ਮਜਬੂਨ ਸੋਣਿਆ, ਵਾਹ 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 ਚੱਕ ਰੂਹਾਂ ਦੇ ਮਿਲਾਪ ਦਾ ਵਰਾਗ ਛਿੜਿਆ, ਇਸ਼ਕ ਮਜਾ ਜੀ ਨਾ ਮਜਬੂਨ ਸੋਣਿਆ, ਇਸ ਲਈ ਪਾਇਆ ਤੈਨੂੰ ਖਤ ਮਹਿਰਮਾ, ਇਸ ਲਈ ਪਾਇਆ ਤੈਨੂੰ ਖਤ ਮਹਿਰਮਾ, ਸਾਡੇ ਪਿੰਡ ਹੈ ਨੀ ਟੈਲੀਫੋਨ ਸੋਹਣਿਆ, ਇਸ ਲਈ ਪਾਇਆ ਤੈਨੂੰ ਦਰੀਆਂ ਮੈਂ ਰੱਖੀਆਂ ਰੇਸ਼ਮੀ ਵਿਛੋਣੇ ਨਾਲ ਦੋ ਦੋ ਪੱਖੀਆਂ, ਪਕਾ ਦੇਊਗੀ ਕੱਚੇ ਅੱਜ ਅਜੇ ਹੈ ਜਨੂਨ ਸੋਹਣੇ, ਸਦਾਈ ਪਾਇਆ ਤੈਨੂੰ ਸਤ ਮਹਿਰਮਾ, ਸਾਡੇ ਪਿੰਡ ਹੈ ਟੈਲੀਫੋਨ।